ਦਾਦਾ ਜੀ, ਅੱਜ ਅਸੀਂ ਖਾਨੂਆਣਾ ਦੇ ਕੋਲ ਇੱਕ ਪਿੰਡ 'ਚ ਆਏ ਹਾਂ। ਇੱਕ ਐਸਾ ਸ਼ਖਸ ਜਿਹਦਾ ਨਾਮ ਮਨੀਰ ਅਬਾਸ ਸੀਗਾ ਔਰ ਉਹਨੇ ਪਾਕ ਫੌਜ ਦੇ ਵਿੱਚ 12 ਸਾਲ ਖਿਦਮਤ ਸਰ ਅੰਜਾਮ ਦਿੱਤੀਆਂ। ਉਸ ਤੋਂ ਬਾਅਦ ਉਹ ਰਿਟਾਇਰਮੈਂਟ ਲੈ ਕੇ ਆਪਣੇ ਘਰ ਆ ਗਿਆ, ਇਸ ਕਰਕੇ ਕਿ ਉਹਦਾ ਬੱਚਾ ਮਫਲੂਜ ਸੀਗਾ ਔਰ ਬੱਚੇ ਦਾ ਇਲਾਜ ਨਾ ਹੋ ਸਕਿਆ। ਉਸਦੇ ਫੌਤ ਹੋਣ ਤੋਂ ਬਾਅਦ ਉਸ ਫੌਜੀ ਜਿਹੜਾ ਮਨੀਰ ਅਬਾਸ ਸੀ ਉਹਦੀ ਬੇਵਾ ਅਤੇ ਕੀ ਬੀਤੀ, ਕਿੱਦਾਂ ਉਹ ਜ਼ਿੰਦਗੀ ਬਸਰ ਕਰਦੀ ਪਈ ਆ, ਕਿੱਦਾਂ ਆਪਣੇ ਮਫਲੂਜ ਜਿਹੜਾ ਮਫਲੂਜ ਬੇਟਾ ਵਾ ਉਹਨੂੰ ਕਿੱਦਾਂ ਸੰਭਾਲਦੀ ਆ, ਘਰ ਦਾ ਸਿਸਟਮ ਕਿਵੇਂ ਚੱਲਦਾ ਵਾ, ਕਿਹੜੇ ਦੁੱਖਾਂ 'ਚ ਗੁਜ਼ਰਦੀ ਪਈ ਆ, ਆਹ ਉਸ ਭੈਣ 'ਚ ਚੱਲਦੇ ਆ। ਅਸਲਾਮ ਵਾਲੇਕੁਮ ਭੈਣ ਜੀ, ਭੈਣ ਜੀ ਤੁਹਾਡੇ ਕੋਲ ਬੈਠ ਜਾਓ ਇੱਥੇ। ਮੈਂ ਬੈਠ ਜਾਓ। ਅੱਛਾ, ਬੈਠ ਜਾਓ। ਕੀ ਨਾਮ ਮੇਰੀ ਭੈਣ ਦਾ? ਸਫੀਆ ਬੀਬੀ। ਸਫੀਆ ਬੀਬੀ, ਮੇਰੇ ਇੱਕ ਦੋਸਤ ਨੇ ਫੋਨ ਕਰਕੇ ਮੈਨੂੰ ਆਖਿਆ ਕਿ ਇੱਕ ਐਸਾ ਸ਼ਖਸ ਜਿਹਨੇ ਪਾਕਿਸਤਾਨ ਦੀਆਂ ਸਰਹੱਦਾਂ ਦੀ ਹਿਫਾਜ਼ਤ ਕੀਤੀ, ਇੱਕ ਐਸਾ ਸ਼ਖਸ ਜਿਹਨੇ ਪਾਕਿਸਤਾਨ ਦੇ ਦਫਾਅ ਵਾਸਤੇ ਆਪਣੀ ਜ਼ਿੰਦਗੀ 12 ਸਾਲ ਦਿੱਤੇ, ਉਹਨੇ ਪਾਕ ਫੌਜ ਦਾ ਜਿਹੜਾ ਸੀਗਾ ਉਹਦੇ 'ਚ ਸ਼ਾਮਿਲ ਸੀਗਾ ਅਤੇ 12 ਸਾਲ ਖਿਦਮਤ ਸਰ ਅੰਜਾਮ ਦੇਣ ਤੋਂ ਬਾਅਦ ਉਹ ਇਸ ਕਰਕੇ ਘਰ ਆ ਗਿਆ ਕਿ ਉਹਦੇ ਘਰ ਜਿਹੜਾ ਬੇਟਾ ਸੀਗਾ ਉਹ ਮਾਜ਼ੂਰ ਸੀ ਅਤੇ ਉਹਦਾ ਇਲਾਜ ਮੁਮਕਿਨ ਨਹੀਂ ਸੀਗਾ ਜਿਹਦੇ 'ਚ ਆਪ ਨਾ ਹੋਵੇ। ਲੇਕਿਨ ਉਸ ਤੋਂ ਬਾਅਦ ਉਹ ਆਪ ਵੀ ਫੌਤ ਹੋ ਗਿਆ ਅਤੇ ਸਾਨੂੰ ਪਤਾ ਲੱਗਾ ਕਿ ਤੁਹਾਡੇ ਘਰੇਲੂ ਹਾਲਾਤ ਜਿਹੜੇ ਨੇ ਉਹ ਬੜੇ ਬੁਰੀ ਤਰ੍ਹਾਂ ਮੁਤਾਸਰ ਹੋਏ। ਜੀ, ਇਸ ਤਰ੍ਹਾਂ ਹੀ ਹੈ, ਕੋਈ ਇਸ ਗੱਲ 'ਚ ਨਾ। ਅਤੇ ਕਿੰਨੀ ਦੇਰ ਹੋਈ ਉਹਨਾਂ ਨੂੰ ਫੌਤ ਹੋਇਆ ਨਾ? ਉਹਨੂੰ ਜੀ 11 ਮਹੀਨਾ ਫੌਤ। 11 ਮਹੀਨਾ ਫੌਤ। ਅਤੇ ਫਿਰ ਤੁਹਾਨੂੰ ਕੀ ਮੁਸ਼ਕਲਾਂ ਆਈ? ਬੜੀਆਂ ਜੀ, ਹਰ ਇੱਕ ਆਈ ਦੀ ਬੜੀ ਮੁਸ਼ਕਲਾਂ ਹੈਗੀ, ਬੜਾ ਕਿਹੜੀ ਹੁੰਦੀ ਹੈ? ਹੋਰ ਕੋਈ ਤੁਹਾਡੀ ਜ਼ਮੀਨ ਜਾਂ ਕੋਈ ਐਸਾ ਚੀਜ਼? ਕੋਈ ਕੁਝ ਵੀ ਨਹੀਂ ਹੈਗਾ। ਬੈਣ ਭਾਈ ਵੀ ਇਸ ਤਰ੍ਹਾਂ ਤੁਹਾਡੀ ਕਿਸੇ ਨੇ ਮਦਦ ਨਹੀਂ ਕੀਤੀ? ਨਹੀਂ ਕੀਤੀ। ਜਿਹੜੇ ਬੈਣਾ ਭਾਈ ਹਨ ਉਹ ਵੀ ਛੱਡ ਗਏ। ਉਹ ਵੀ ਛੱਡ ਗਏ ਨੇ। ਉਹ ਵੀ ਛੱਡ ਗਏ। ਤੇ ਕਿੰਨੀ ਉਮਰ ਇਸ ਬੱਚੇ ਦੀ ਹੋ ਗਈ? ਇਹਦੀ 16 ਸਾਲ। 16 ਸਾਲ ਉਮਰ ਹੋ ਗਈ ਤੇ ਹੱਥਾਂ 'ਚ ਪਾਇਆ ਤਾਂ ਮਾਜ਼ੂਰ ਹੈ। ਮਾਜ਼ੂਰ ਹੈ, ਪਾਣੀ ਵੀ ਨਹੀਂ ਪੀ ਸਕਦਾ। ਪਾਣੀ ਵੀ ਨਹੀਂ ਪੀ ਸਕਦਾ ਵਿਚਾਰਾ, ਧੁੱਪੇ ਹੋਏ ਤੇ ਛਾਂ ਤੇ ਵੀ ਨਹੀਂ ਹੋ ਸਕਦਾ। ਹਾਏ ਹਾਏ ਹਾਏ। ਦੇਖੋ ਕਿ ਇੱਕ ਮਾਜ਼ੂਰ ਦੀ ਜ਼ਿੰਦਗੀ ਜਿਹੜੀ ਆ ਉਹ ਤੇ ਇੱਕ ਕਰਬ 'ਚ ਗੁਜ਼ਰਦੀ ਆ। ਪਾਣੀ ਕਹਿਣਾ ਤੇ ਸਿਰ ਪਾਉਣਾ ਇੱਕ ਬਹੁਤ ਦੋ ਦਿਨ ਦੇ ਸਦਰੇ ਬੈਠਾ। ਨਹੀਂ ਨਹੀਂ ਨਹੀਂ, ਰੋਵੋ ਤੁਸੀਂ, ਨਹੀਂ ਰੋਵੋ, ਨਹੀਂ ਰੋਵੋ, ਨਹੀਂ ਰੋਵੋ, ਅੱਲਾ ਪਾਕ ਬਿਹਤਰ ਕਰੇਗਾ, ਅੱਲਾ ਪਾਕ ਬਿਹਤਰ ਕਰੇਗਾ। ਤੇ ਬੇਟੀਆਂ ਕਿੰਨੀਆਂ ਜੇ? ਬੇਟੀਆਂ 2। ਤੇ ਬੇਟੀਆਂ ਪੜ੍ਹਦੀਆਂ ਨੇ? ਜੀ ਨਹੀਂ, ਨਹੀਂ ਪੜ੍ਹਦੀਆਂ ਨੇ। ਬਾਪ ਤੇ ਮਰਨੇ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਓਏ ਹੋਏ ਹੋਏ ਹੋਏ, ਬਾਪ ਦੀ ਫੌਤ ਹੋਣ ਤੋਂ ਬਾਅਦ ਬੇਟੀਆਂ ਨੇ ਹਾਲਾਂ ਦਾ ਨਾਲ ਦੇ ਬਾਪ ਦੀ ਬੜੀ ਖੁਸ਼ੀ ਸੀ ਵੀ ਮੈਂ ਬੇਟੀਆਂ ਨੂੰ ਪੜ੍ਹਾਣਾ ਹੈ ਗਿਆ। ਇਹਦਾ ਉਹ ਪੁੱਤਰ ਹੈ? ਛੋਟਾ ਮੁੰਡਾ 7ਵੀਂ 'ਚ ਪੜ੍ਹਦਾ, ਪਹਿਲੇ ਪ੍ਰਾਈਵੇਟ ਸਕੂਲੇ ਪਾਏ ਰੱਖਿਆ ਗਾ, ਫਿਰ ਮੇਰੇ ਕੋਲ ਇੰਨੇ ਵਸਾਇਲ ਨਹੀਂ ਸੀ, ਫਿਰ ਉਹਨੇ ਗਵਰਨਮੈਂਟ ਦੇ ਸਕੂਲੇ ਪਾ ਦਿੱਤੇ। ਇਧਰ ਆ ਬੇਟਾ, ਜੋ ਮਿੱਤੀ ਇਧਰ ਮੇਰੇ ਕੋਲ, ਆਪਣੀ ਆਂਟੀ ਕੋ ਬਹਿ ਜਾ। ਵਾਲੇਕਮ ਸਲਾਮ, ਕਿਸੇ ਮੇਰਾ ਬੇਟਾ ਠੀਕ ਹੋ? ਇਹਨੂੰ ਕੌਣ ਸੰਭਾਲਦਾ ਮੇਰੀ ਧੀ? ਆ ਜਾ ਬੇਟਾ, ਇਧਰ ਆ ਜਾ। ਅੱਬੂ ਵੀ ਜਾਨੇ ਕੇ ਬਾਅਦ ਮੈਂ ਸੰਭਾਲ ਕੇ। ਤੇ ਕਿਸਾ ਮਤ ਕੀ ਮੁਸ਼ਕਲਾਂ ਮੇਰੇ ਪਰ ਆਉਂਦੀਆਂ ਬੇਟਾ? ਸਰ, ਇਹ ਕੁਝ ਚਲ ਵੀ ਨਹੀਂ ਸਕਦਾ, ਅੰਦਰ ਬਾਹਰ ਜਾਣੇ ਵੀ ਬਿਤਨਾ ਮਸਲਾ ਹੁੰਦਾ ਹੈ। ਅੱਛਾ, ਜਦ ਬਿਜਲੀ ਚਲੀ ਜਾਂਦੀ ਹੈ ਤਾਂ ਅੰਦਰ ਜਿਤਨੀ ਗਰਮੀ ਅੰਦਰ ਹੀ ਬੈਠਾ ਰਹਿੰਦਾ ਹੈ, ਅਗਰ ਕੋਈ ਬਾਹਰ ਨਾ ਲਾ ਸਕੇ ਤਾਂ ਉਹ ਨਹੀਂ ਆ ਸਕਦਾ ਬਾਹਰ ਵੀ। ਅੱਛਾ ਅੱਛਾ, ਤੇ ਤੂੰ ਮੇਰਾ ਪੁੱਤ ਪੜ੍ਹਦੀ ਨਹੀਂ? ਸਰ, ਪੜ੍ਹਦੀ ਸੀ, ਮੈਟ੍ਰਿਕ ਕੀ ਹੈ, ਜਬ ਜ਼ਿੰਦਾ ਥੇ ਤਬ ਪੜ੍ਹਦੀ ਸੀ। ਅੱਛਾ, ਫਿਰ ਅੱਬੂ ਕਾ ਖਾਬ ਥਾ ਕਿ ਮੈਂ ਪੜ੍ਹ ਲਿਖ ਕੇ ਆਰਮੀ ਜੁਆਇਨ ਕਰੂੰ, ਮਤਲਬ। ਅੱਛਾ, ਆਰਮੀ ਜੁਆਇਨ? ਫਿਰ ਕੀ ਹੋਇਆ ਮੇਰੇ ਪੁੱਤ? ਨਹੀਂ ਬੇਟਾ, ਪੜ੍ਹਨਾ ਹੈ ਆਪ। ਫਿਰ ਕੀ ਹੋਇਆ? ਰੋਣਾ ਨਹੀਂ ਮੇਰੇ ਬੇਟਾ। ਫਿਰ ਕੀ ਹੋਇਆ ਮੇਰੇ ਪੁੱਤ? ਸਮਝਾ। ਫਿਰ ਪਾਪਾ ਬਹੁਤ ਹੋ ਗਏ। ਨਹੀਂ ਤੇ ਤੂੰ ਕਾਲਜ ਗਈ ਨਹੀਂ ਮੇਰੀ ਬੇਟੀ? ਸਰ, ਇਤਨੇ ਪੈਸੇ ਨਹੀਂ ਦੇ ਕੇ ਕਾਲਜ ਕਰਦਾ ਜਾ ਸਕਦੇ। ਲੇਕਿਨ ਤੇਰਾ ਖਾਬ ਜਿਹੜਾ ਸੀਗਾ ਜੀ ਉਹ ਟੁੱਟ ਗਿਆ। ਅੱਬੂ ਕਾ ਖਾਬ ਤਾਂ ਉਨਕੇ ਸਾਥ ਹੀ ਦਫਨ ਹੋ ਗਿਆ। ਓਏ ਹੋਏ। ਅੱਛਾ ਮੇਰਾ ਬੇਟਾ, ਇਹ ਬਤਾਓ ਆਪ ਅੱਬੂ ਕਾ ਖਾਬ ਪੂਰਾ ਕਰਨਾ ਚਾਹਤੇ ਹੋ? ਜੀ ਹਾਂ, ਤੋ ਕਰਨਾ ਮੇਰਾ ਬੇਟਾ, ਕਰਨਾ, ਮੈਂ ਸਾਥ ਦੂੰਗੀ, ਅੱਲਾ ਪਾਕ ਸਾਥ ਦੇਗਾ। ਹੈਂ,
आप पढ़ो ठीक है, अपनी स्टडी जारी करो। पुत्र अगर तेरे बाप का ख्वाब सी कि मैं मेरी बेटी पढ़ के उस फौज का हिस्सा बने जिस उन्हें 12 साल गुजारे, तो वह ख्वाब जरा टुट गया जो फौत हो गया, तो वह होर बिखर गया जो तेन एक माजूर भरा संभाल दी, तो लेकिन अगर तेरा पुत पढ़ने दिल करता तो तू दोबारा ख्वाब को पूरा कर सकती हैं, अपने बाप की रूह को खुश कर सकती हैं, लेकिन अगर तू अजम कर लेवे तो पुत्र अगर दोबारा पढ़े बेटा तो तू घर संभालेगी? शाबाश दे उस बेटी नूं, समझना अपनी भैन की खातर पुत्तू कुर्बानी देनी है, ये बेटी जी ख्वाब पूरा करेगी और इंशाअल्लाह मेरा रब वसाइल पैदा करेगा। हाँ जी भैन जी, असी एक आम जे इंसान हाँ, मेरा नाम हक नवाज है, तो मेरी बीवी है तारा जी, तो सानू पता लगा सी कि ऐसा एक ऐसा शख्स है जिन्हें पाक फौज वास्ते खिदमत अंजाम दित्तियां, उसके घर दे विच ये सूरत हाल आ, तो पाक फौज तो साढ़े पाकिस्तान की मुहाफज आ, उन्होंने लोगों की कदर करनी चाहिए जिन्हें पाक फौज के रहे या हम मौजूद ने, तो सानू उन्होंने लोगों की कदर करनी चाहिए, उन्होंने अगर घर मुश्किलात ने कि कोई मर गया शहीद हो गया तो वो घर अगर कोई मुश्किलात है तो सानू लोगों को चाहिए वा कि उन्होंने घर को जाना चाहिए, उन्होंने भैनों को जाना चाहिए, उन्होंने सपोर्ट करनी चाहिए आ जिन्होंने लोगों ने साढ़े वतन की खातर वक्त दिता जिंदगी दी। तो भैन जी असी बड़े आम जे इंसान हाँ, लेकिन अल्लाह पाक ने तुहाड़े वास्ते कुछ वसाइल भेजे ने, ठीक है, असी इस बेटे वास्ते व्हीलचेयर भी लैके आए हैं, ठीक है, तो इन वास्ते पहले राशन लैके आओ जी, देखो किसे दुख दी गल तारा जी के भैन भाई भी साथ छड़ गए ने के घर जवान बेटियां ने ओ को पूछ ही लैन, भैन भाई नु चाहिदा वा के ओ ज्यादा तवज्जो देन, लियो जी लियो, कोई नहीं मेरी भैन, अगर अपने भैन भाई नहीं ना होंदे ते दूसरे भैन भाई दुनिया ते है नहीं। हां जी भैन जी रोना नहीं, भैन जी रोना नहीं, अल्लाह पाक ने तुहाडे वास्ते सबब पैदा कीता, तुसीं रोना नहीं मेरी भैन, ये साडी बेटी है, वो भी साडी बेटी है, ये साडा बेटा वा, ये साडी बेटी बेटे है, ठीक है, हां जी, ते इन्हां वास्ते व्हीलचेयर लैके आओ जी बच्चे वास्ते, शुक्र अलहमदुलिल्लाह के तारा जी कल ही सी 10 व्हीलचेयर लैके आए हैं जिहड़ियां अल्लाह पाक ने प्रोवाइड कीतियां, और मेरा रब कहना मैं सब तो बड़ा प्रोवाइडर हाँ, मैं सब तो बड़ा मुहैया करने वाला हाँ, तो असं उस दोस्त भी मशहूर हाँ जिन्होंने 10 व्हीलचेयर भेजिया ने, तो फरियाद साहब इन्होंने बिठाओ जी व्हीलचेयर पर, फरियाद साहब पहले इस साइड पर कर लो, हाँ जी अल्लाह पाक भैन जी सबर करने का साथ दिंदा वा, तुसीं इन्ने चिर सबर कर रहे हो, तो देखो असीं तुहानूं जानदे ते नहीं जी, तुसीं सानूं जानदे नहीं हैगे, हाँ जी ना तुहानूं पता सी कि असीं आउणा वा, लेकिन रब दा सिस्टम आ कि ओह साडी रहनुमाई करदा, इत्थे समुंदरी किन्ना दूर आ, काफी दूर आ, किन्ना दूर आ, असीं 70 किलोमीटर दे फासला तय करके आए इत्थे उत्तर दे, ठीक है ना, तो ये असीं कोई तुहाडे आसान नहीं करना है, तुहाडियां अखां को नीवियां करनी आए, अपनियां बेटियां दी अखां नीवियां नहीं करनी आए, तुहानूं कुछ तुहाडे उत्तर ते आसान नहीं करना है ਕਿ ਤੁਹਾਨੂੰ ਤੁਹਾਨੂੰ ਕੋਈ ਤੁਹਾਡੀ ਇਸ ਦਿਨ ਉਸ ਮਜਰੂਹ ਹੋਵੇ ਨਹੀਂ, ਸਾਡੀ ਬੇਟੀਆਂ ਨੇ ਅੱਲਾ ਮੀਆਂ ਤੰਦਰੁਸਤੀ ਇਹ ਅੱਲਾ ਪਾਕ ਤੁਹਾਡੇ ਨੇ ਗਿਫਟ ਭੇਜਿਆ ਵਾ, ਅੱਲਾ ਮੀਆਂ ਤੰਦਰੁਸਤੀ ਦੇਵੇ, ਇੱਥੇ ਲਿਆਓ ਜੀ, ਵਾਹ ਜੀ ਵਾਹ ਵਾਹ ਜੀ, ਹਾਂਜੀ ਕੈਸਾ ਮੇਰਾ ਬੇਟਾ, ਕੈਸੀ ਖੁਸ਼ੀ ਮਹਿਸੂਸ ਕਰ ਰਹੇ ਹੋ ਹੈ ਨਾ, अब बाहर आप चले जाओगे, ऐ देखो ना तारा जी, हाँ जी, जिस बेटे दे हाथ है, ऐ देखो ना, हाँ जी, बड़ी इंज जी आकड़े होने ने सीधे नहीं होंदे, देखो ना बिल्कुल ही, हाँ जी बिल्कुल ही, ते लेकिन चाहे ते खुश हो, गलते खुश है बेटा, खुश हो गलते बहन जी, तुसी देखो के 16 साल दी उम्र हो गई है, इस बच्चे व्हीलचेयर जरूर सी ते किसी ने मुहैया ना कीती, किसी ने मुहैया ना कीती, लेकिन रब ने मुहैया कर दी, रब ने, असीं नहीं मुहैया कीती ना, साडी औकात आ, रब ने मुहैया कीती आ, हाँ जी, कितना खूबसूरत बच्चा वा, लेकिन खुश हो गया, अच्छा खुश हो गया, खुश हो गया, अच्छा
ਬਾਹਰ ਨਿਕਲੇਗਾ ਨਾ ਕੋਈ ਜ਼ਿੰਦਗੀ ਨੂੰ ਦੇਖੇਗਾ ਇਹਦੇ ਅੰਦਰ ਜੀਣ ਦਾ ਅਜ਼ਮ ਪੈਦਾ ਹੋਏਗਾ ਤੇ ਤਾਰਾ ਜੀ ਕੀ ਨਾਮ ਹੈ ਮੇਰੇ ਬੇਟੇ ਦਾ ਮੇਰੀ ਭੈਣ ਇਹ 10,000 ਆ ਆਪਣੀ ਜਿਹੜੀ ਵੀ ਜੋ ਵੀ ਤੁਹਾਡੀ ਜ਼ਰੂਰਤ ਹੈ ਨਾ ਉਹ ਤੁਸੀਂ ਪੂਰੀ ਕਰਨਾ ਅੱਗੇ ਮੇਰਾ ਅੱਲਾਹ ਤਾਲਾ ਬਿਹਤਰ ਕਰੇਗਾ ਠੀਕ ਹੈ ਹਾਂਜੀ ਇਹ ਨਾ ਇਹ ਤੁਹਾਡੇ ਸਿੱਧੇ ਨਾ ਜ਼ਕਾਤ ਹੈ ਨਾ ਕਰਜ਼ਾ ਹੈ ਜੀ ਇਹ ਅੱਲਾਹ ਪਾਕ ਤਰਫੋਂ ਸਪੋਰਟ ਹੈ ਨਹੀਂ ਮੇਰੀ ਭੈਣ ਇਹ ਅੱਲਾਹ ਪਾਕ ਨੇ ਭੇਜੇ ਨੇ ਅਤੇ ਇਹ ਅੱਲਾਹ ਪਾਕ ਤਰਫੋਂ ਸਪੋਰਟ ਹੈ ਤਾਰਾ ਜੀ ਦੇਖੋ ਤਾਂ ਉਸ ਬੇਟੀ ਨੂੰ ਇਸ ਇਹ ਖੁਸ਼ੀ ਦੇ ਆਂਸੂ ਆ ਜਾਂ ਦੁੱਖ ਦੇ ਆਂਸੂ ਆ ਇਹ ਕੁਛ ਇਹਦਾ ਦੇਖੋ ਤਾਂ ਗਾਂ ਵਾਲਾ ਲਾਗੇ ਉਮਰ ਤੇ ਨਹੀਂ ਭੈਣ ਜੀ ਪੁੱਤ ਤੂੰ ਕਿਉਂ ਰੋਈ ਦੱਸ ਦਿਲ ਦੀ ਗੱਲ ਦੱਸ ਪੁੱਤ ਖਾਬ ਤੇਰਾ ਖਾਬ ਪੂਰਾ ਕਰੇਗਾ ਹੁਣ ਕਰੇਗਾ ਰੱਬ ਖਾਬ ਕੁਛ ਅਮੀਰ ਪੈਦਾ ਹੋਈ ਤਾਂ ਬੋਲੋ ਇਹਨਾਂ ਨੇ ਜੀ ਦੋਵਾਂ ਦੀ ਨਾ ਅੱਬੂ ਨਾ ਵੈਸੇ ਹੀ ਪਿਆਰ ਬੜਾ ਸੀ ਅੱਛਾ ਦੋਵਾਂ ਨਾ ਬੜੇ ਹੁੰਦੇ ਨਾ ਮੁਹੱਬਤ ਸੀ ਦੱਸੋ ਮੇਰਾ ਬੇਟਾ ਕਿਉਂ ਆਪ ਰੋਏ ਹੋ ਹਾਂ ਬਤਾਓ ਦਿਲ ਕੀ ਬਾਤ ਬਤਾਓ ਕਿਉਂ ਰੋਏ ਹੋ ਸਟੱਡੀ ਕੇ ਮਾਮਲੇ ਮੇ ਤੋ ਆਪਣੇ ਮੁਝੇ ਕਾਲ ਕਰਨੀ ਹੈ ਔਰ ਮੈਂ ਇਨਸ਼ਾਅੱਲਾ ਆਪਕੇ ਪਾਸ ਲੈ ਕੇ ਆਉਂਗੀ ਠੀਕ ਹੈ ਔਰ ਹਮਨੇ ਮਿਲ ਕੇ ਅੱਬੂ ਕਾ ਖਾਬ ਪੂਰਾ ਕਰਨਾ ਹੈ ਠੀਕ ਹੈ ਹਾਂ ਕੋਸ਼ਿਸ਼ ਮੇਰੀ ਬੇਟੀ ਨੇ ਕਰਨੀ ਹੈ ਔਰ ਮਿਲ ਕਰ ਹਮਨੇ ਸਭ ਨੇ ਅੱਬੂ ਕਾ ਖਾਬ ਪੂਰਾ ਕਰਨਾ ਹੈ ਤੇ ਇਸ ਮੌਕੇ ਤੇ ਤਾਰਾ ਜੀ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਦੇਖੋ ਇਸ ਮੌਕੇ ਪੰਜ ਵਿੱਚ ਇਸ ਮੌਕੇ ਤੇ ਮੈਂ ਗੱਲ ਕਰਨਾ ਚਾਹੁੰਦਾ ਹਾਂ ਉਹਨਾਂ ਲੋਕਾਂ ਵਾਸਤੇ ਇੱਧਰ ਫੈਸਲਾਬਾਦ ਆ ਇੱਧਰ ਸਤਿਆਣਾ ਤਾਂਦਲਾ ਵਾ ਇੱਧਰ ਸਮੁੰਦਰੀ ਆ ਇਹ ਇੱਕ ਮਰਕਜ਼ ਦੇ ਵਿੱਚ ਖਾਨੂਆਣਾ ਇੱਕ ਮਰਕਜ਼ ਆ ਮੈਂ ਇੱਥੇ ਵੇਖ ਕੇ ਆਇਆ ਵਾਂ ਐਸੇ ਖਾਨੂਆਣੇ ਦੇ ਕੋਲ ਕਿਸੇ ਰਹਿਮ ਦਿਲ ਸ਼ਖਸ ਨੇ ਕਰੋੜਾਂ ਰੁਪਇਆ ਲਾ ਕੇ ਇੱਕ ਕਬਰਸਤਾਨ ਬਣਾਇਆ ਪਤਾ ਨਹੀਂ ਕਿੰਨਾ ਬਣਾਇਆ ਵਾ ਮੈਂ ਨਹੀਂ ਮੈਨੂੰ ਪਤਾ ਲੇਕਿਨ ਉਹ ਕਬਰਸਤਾਨ ਇੱਕ ਮਸਾਲੀ ਕਬਰਸਤਾਨ ਜ਼ਰੂਰ ਆ ਲੇਕਿਨ ਮੁਰਦਿਆਂ ਦੇ ਪੈਸੇ ਲਾਉਣ ਵਾਲੇ ਹੋ ਜ਼ਿੰਦਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਉਹ ਮੁਰਦਾ ਲੋਕਾਂ ਦੇ ਪੈਸੇ ਲਾਉਣ ਵਾਲੇ ਹੋ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਅੱਛਾ ਪੈਸਾ ਲਾਇਆ ਲੇਕਿਨ ਉਹਨਾਂ ਲੋਕਾਂ ਨੂੰ ਵੇਖੋ ਜਿਹੜੇ ਜ਼ਿੰਦਾ ਜ਼ਿੰਦਾ ਨੇ ਲੇਕਿਨ ਜ਼ਿੰਦਾ ਦਰਗੋਰ ਨੇ ਉਹ ਨਾ ਇੱਧਰ ਜੋਗੇ ਨਾ ਇੱਧਰ ਜੋਗੇ ਕਿਹਦੇ ਅੱਗੇ ਹੱਥ ਫੈਲਾਉਣ ਬਾਪ ਦੇ ਚਲੇ ਜਾਣ ਤੋਂ ਬਾਅਦ ਬੱਚਿਆਂ ਦੀ ਸਟੱਡੀ ਰੁਕ ਗਈ ਹੈ ਕਿਹਦੇ ਅੱਗੇ ਹੱਥ ਫੈਲਾਉਣ ਕੌਣ ਕਿਹਦੀ ਮਾਂ ਕਿਹਨੂੰ ਜਾ ਕੇ ਦੱਸੇ ਕਿ ਮੇਰਾ ਪੁੱਤ ਜਿਹੜਾ ਮਾਜ਼ੂਰ ਆ ਅਤੇ ਮੇਰੇ ਪੁੱਤ ਵਾਸਤੇ ਕੁਛ ਕਰੋ ਕਿਹਨੇ ਗੱਲ ਜਾ ਕੇ ਗੱਲ ਕਰੇ ਕਿਹਨੂੰ ਆਪਣੇ ਦੁੱਖ ਦੱਸੇ ਜਦੋਂ ਭੈਣ ਭਰਾ ਨਾਲ ਗੱਲ ਸੁਣਦੇ ਹੋਣ ਉਹ ਆਪਣੀਆਂ ਬੇਟੀਆਂ ਦਾ ਕਿੱਦਾਂ ਸਹਾਰਾ ਮਾਨੇ ਕਿੱਦਾਂ ਉਹਨੂੰ ਮਹਿਫੂਜ਼ ਉਹਨੂੰ ਮੁਸਤਕਬਲ ਬਣਾਵੇਗੀ ਜਿਹਦਾ ਕੋਈ ਵਾਲੀ ਵਾਰਸ ਨਾ ਹੋਵੇ ਜਿਹੜਾ ਕੋਈ ਨਾ ਪੁੱਛਦਾ ਹੋਵੇ ਭੈਣ ਜੀ ਰੱਬ ਤਾਂ ਪੁੱਛਦਾ ਨਾ ਤੇ ਰੱਬ ਨੇ ਪੁੱਛਿਆ ਤੁਹਾਨੂੰ ਠੀਕ ਹੈ ਹੋਰ ਲੋਕ ਵੀ ਹੈ ਆਪਣੇ ਤੋਂ ਜ਼ਿਆਦਾ ਹੋਰ ਲੋਕ ਅਹਿਸਾਸ ਕਰਦੇ ਨੇ ਤੇ ਤੁਸੀਂ ਦੁਆ ਕਰਿਓ ਮੇਰੇ ਭੈਣ ਜੀ ਉਹਨਾਂ ਲੋਕਾਂ ਵਾਸਤੇ ਜਿਹੜੇ ਸੱਤ ਸਮੁੰਦਰ ਪਾਰ ਬੈਠੇ ਨੇ ਔਰ ਤੁਹਾਡੇ ਨਾਲ ਸਾਡੇ ਨਾਲ ਖੜੇ ਨੇ ਚਟਾਨ ਦੀ ਤਰ੍ਹਾਂ ਔਰ ਅਸੀਂ ਨਾ ਗਰਮੀ ਵੇਖਦੇ ਪਏ ਹਾਂ ਹੁਣ ਮਾਸਾ ਦੇਖੋ ਮੌਸਮ ਵੀ ਅੱਛਾ ਹੋ ਗਿਆ ਠੀਕ ਹੈ ਤੇ ਦੁਆ ਕਰਿਓ ਉਹਨਾਂ ਵਾਸਤੇ ਸਭ ਵਾਸਤੇ ਦੁਆ ਕਰਿਓ ਇਹ ਜਿਹੜੇ ਪੈਸੇ ਤੁਹਾਨੂੰ ਤਾਰਾ ਜੀ ਨੇ ਦਿੱਤੇ ਆ ਤੁਹਾਡੇ ਕੋਈ ਆਸਾਨ ਨਹੀਂ ਗਾ ਔਰ ਇਹਦੇ ਵਾਸਤੇ ਘਰ ਵਾਸਤੇ ਜਿਹੜੀ ਆਸਾਨੀ ਪੈਦਾ ਹੁੰਦੀ ਆ ਇਹ ਬੱਚੀ ਦੇ ਤਲੀਮ ਦੇ ਜਿਤਨੇ ਅਸਰਾ ਜਾਤ ਆ ਉਹ ਅਸੀਂ ਪੇ ਕਰਾਂਗੇ ਇਨਸ਼ਾਅੱਲਾ ਅੱਲਾਹ ਪਾਕ ਦਾਖਲੇ ਤੋਂ ਲੈ ਕੇ ਦੇ ਆਖਰੀ ਤਲੀਮ ਦੇ ਤਲੀਮ ਤੱਕ ਠੀਕ ਹੈ ਭੈਣ ਜੀ ਉਹ ਅਸੀਂ ਪੇ ਅਸੀਂ ਨਹੀਂ ਪੇ ਕਰਨੇ ਰੱਬ ਨੇ ਕਰਨੇ ਆ ਲੇਕਿਨ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ ਬਿਹਤਰ ਤੇ ਬਹੁਤ ਸ਼ੁਕਰੀਆ ਮੇਰੀ ਭੈਣ ਜੀ ਮਹੀਨੇ ਬਾਅਦ ਤੁਹਾਨੂੰ ਰਾਸ਼ਨ ਆ ਜਾਇਆ ਕਰੇਗਾ ਬਾਕੀ ਤੁਸੀਂ ਮਿਹਨਤ ਕਰਦੇ ਜੇ ਮਿਹਨਤ ਕਰੋ ਕਿਉਂਕਿ ਟਾਈਮ ਇੱਕ ਕੁਛ ਹਾਸਲ ਵੀ ਹੁੰਦਾ ਵਾ ਔਰ ਆਪਣਾ ਟਾਈਮ ਵੀ ਪਾਸ ਹੋ ਜਾਂਦਾ ਵਾ ਦੂਸਰੀ ਮੇਰੀ ਭੈਣ ਇਹ ਕਿ ਨਮਾਜ਼ ਪੜਿਆ ਕਰੋ ਜੀ ਪੜ੍ਹਨੇ ਹਾਂਜੀ ਨਮਾਜ਼ ਪੜ੍ਹਨੇ ਬੇਟੀ ਤੁਸੀਂ ਮਸ਼ੀਨ ਕਰਦੇ ਪਏ ਨਾ ਤੋ ਆਪਣੇ ਮੂੰਹ ਚ ਅੱਲਾਹ ਪਾਕ ਦਾ ਸ਼ੁਕਰ ਅਦਾ ਜਿੰਨਾ ਤੁਸੀਂ ਸ਼ੁਕਰ ਅਦਾ ਕਰੋਗੇ ਨਾ ਅੱਲਾਹ ਪਾਕ ਓਨੀ ਜਲਦੀ ਸੁਣੇ ਤੇ ਦੂਸਰੀ ਘਰ ਚ ਸਫਾਈ ਰੱਖੋ ਬਰਤਨੋਂ ਤੇ ਮੱਖੀਆਂ ਬਚਾਓ ਆਪਣੀ ਸਿਹਤ ਕਾਇਮ ਰੱਖਣ ਵਾਸਤੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਕਰੋ ਪੁੱਤਰ ਆਪਣੇ ਤੋਂ ਮਾੜਾ ਕੋਈ ਹੋਵੇ ਤਾਂ ਉਹਦੀ ਜ਼ਰੂਰ ਮਦਦ ਕਰੋ ਆਪਣੀ ਦੋ ਰੋਟੀਆਂ ਪੱਕੀਆਂ ਹੋਣ ਨਾ ਤੇ ਨਾਲ ਦੇ ਘਰ ਨਾ ਰੋਟੀ ਪੱਕਦੀ ਹੋਵੇ ਇੱਕ ਰੋਟੀ ਉਹਨੂੰ ਦੇ ਦਿਓ ਕੀ ਹੋਏਗਾ ਅੱਲਾਹ ਪਾਕ ਹੋਰ ਬਰਕਤ ਲਿਆਏਗਾ ਅੱਜ ਰੱਬ ਨੇ ਸਾਨੂੰ ਭੇਜਿਆ ਵਾ ਅੱਲਾਹ ਪਾਕ ਦੀ ਮਦਦ ਆਈ ਤੁਹਾਡੇ ਵਾਸਤੇ ਬਿਲਕੁਲ ਚਲੋ ਬਹੁਤ ਸ਼ੁਕਰੀਆ ਭੈਣ ਜੀ ਜਿੰਦੇ ਵਾਸਤੇ ਰਹੋ ਅੱਲਾਹ ਹਾਫਿਜ਼